ਇਹੋ ਹੀ ਗੱਲਾਂ ਤਾਂ ਅਸੀਂ ਕਹਿੰਦੇ ਹਾਂ 2015 ਤੋਂ ਲੈ ਕੇ ਵੀ ਜਦੋਂ ਇਹ ਰਾਜ ਭਾਗ ਸੀ ਉਦੋਂ ਗਲਤੀਆਂ ਹੋਈਆਂ ਸਰਕਾਰ ਤੋਂ, ਉਹ ਸਾਰੀਆਂ ਗੱਲਾਂ ਝੂਠੀਆਂ ਨਿਕਲੀਆਂ। ਔਰ ਜਿਹੜੇ ਗਲਤੀਆਂ ਅਤੇ ਗਲਤੀਆਂ ਦੀ ਗਨਾਹ ਹੋਏ, ਜਿਹੜੇ ਗਲਤੀ ਵੀ ਹੁੰਦੀ ਆ ਮਾਫੀ, ਜਿਹੜੀ ਗਨਾਹ ਹੋ ਜਾਂਦਾ ਨਾ ਉਹਦੀ ਸਜ਼ਾ ਹੁੰਦੀ ਆ। ਜੋ ਖਾਲਸਾ ਪੰਥ ਦੀਆਂ ਭਾਵਨਾਵਾਂ ਨੇ ਕਿ ਇਹਨਾਂ ਜਿੱਡੀ ਗੱਡੀਆਂ ਵੱਡੀਆਂ ਗਲਤੀਆਂ ਅਤੇ ਗਨਾਹ ਕੀਤਾ, ਇਹ 5-5 ਸਾਲ ਜੋ ਇਹਨਾਂ ਤੋਂ ਧਾਰਮਿਕ ਤੌਰ 'ਤੇ ਅਤੇ ਰਾਜਨੀਤਿਕ ਤੌਰ 'ਤੇ ਗਵਾਹੀ ਜਿਹੜੀ ਹੈ ਉਹ ਖੋਲ੍ਹਣੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਭੁੱਲਾ ਚੁੱਕਾਂ ਦੀ ਖਿਮਾ ਜਾਚਨਾ ਮੰਗਣ ਦਾ ਮਾਮਲਾ ਕਾਫੀ ਜ਼ਿਆਦਾ ਗਰਮਾਇਆ ਹੋਇਆ ਹੈ। ਬੀਤੇ ਕੱਲ ਸ਼੍ਰੋਮਣੀ ਕਮੇਟੀ ਦੇ 2 ਮੈਂਬਰਾਂ ਨੇ ਤਾਂ ਇਹ ਇਲਜ਼ਾਮ ਵੀ ਲਗਾਏ ਕਿ ਸੁਖਬੀਰ ਬਾਦਲ ਚੋਰੀ ਛਿਪੇ ਰਾਮ ਰਹੀਮ ਦੇ ਨਾਲ ਮੁਲਾਕਾਤਾਂ ਕਰਦੇ ਰਹੇ ਨੇ। ਉੱਥੇ ਹੀ ਅੱਜ ਸ਼੍ਰੋਮਣੀ ਕਮੇਟੀ ਮੈਂਬਰ ਮਨਜੀਤ ਸਿੰਘ ਨੇ ਸੁਖਬੀਰ ਸਿੰਘ ਬਾਦਲ ਦੇ ਮਾਫ਼ੀਨਾਮੇ ਤੋਂ ਬਾਅਦ ਸਿੰਘ ਸਾਹਿਬ ਜਥੇਦਾਰ ਰਘੂਵੀਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਪੰਥ ਦੀਆਂ ਭਾਵਨਾਵਾਂ ਨੂੰ ਵੇਖਦੇ ਹੋਏ 5 ਸਾਲ ਦੇ ਲਈ ਸੁਖਬੀਰ ਬਾਦਲ ਨੂੰ ਰਾਜਨੀਤਿਕ ਅਤੇ ਧਾਰਮਿਕ ਤੌਰ 'ਤੇ ਪੰਥ ਦੀ ਅਗਵਾਈ ਤੋਂ ਲਾਂਭੇ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਗਲਤੀ ਦੀ ਮੁਆਫ਼ੀ ਹੁੰਦੀ ਹੈ ਅਤੇ ਗੁਨਾਹਾਂ ਦੀ ਸਜ਼ਾ ਹੁੰਦੀ ਹੈ ਅਤੇ ਸੁਖਬੀਰ ਬਾਦਲ ਦੇ ਵੱਲੋਂ ਗੁਨਾਹ ਕੀਤੇ ਗਏ ਨੇ। ਮੈਂ ਵੇਖੋ, ਪਹਿਲਾਂ ਤਾਂ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਇਹੋ ਹੀ ਗੱਲਾਂ ਤਾਂ ਅਸੀਂ ਕਹਿੰਦੇ ਹਾਂ 2015 ਤੋਂ ਲੈ ਕੇ ਵੀ ਜਦੋਂ ਇਹ ਰਾਜ ਭਾਗ ਸੀ ਉਦੋਂ ਗਲਤੀਆਂ ਹੋਈਆਂ ਸਰਕਾਰ ਤੋਂ, ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵੀ ਉਹਨਾਂ ਨੇ ਜਿਹੜੀ ਗਲਤੀ ਹੋਈ ਵੀ ਮੰਨ ਲਈ ਹੈ, ਮੇਰੇ ਖਿਆਲ ਇੱਕ ਚਿੱਠੀ ਨਾਲ ਲਾਈ ਆ, ਔਰ ਸਰਦਾਰ ਸੁਖਬੀਰ ਸਿੰਘ ਨੇ ਆਪਣੀ ਗਲਤੀ ਵੀ ਜਿਹੜੀ ਉਹ ਵੀ ਮੰਨ ਲਈ ਆ। ਔਰ ਮੈਂ ਸਮਝਦਾ ਕਿ ਇਹੋ ਹੀ ਗੱਲ ਤਾਂ ਅਸੀਂ ਆਹਨੇ ਹਾਂ, ਜੇ 2015 ਜਾਂ ਉਦੋਂ ਮੰਨੀ ਹੁੰਦੀ ਨਾ ਗੱਲ ਅਤੇ ਰਾਜ ਭਾਗ ਜਿਹੜਾ ਆਪਣਾ ਇਹ 22 'ਚ ਬਣ ਜਾਣਾ ਸੀ, ਸ਼੍ਰੋਮਣੀ ਅਕਾਲੀ ਦਲ ਦਾ ਬਣ ਜਾਣਾ ਸੀ। ਔਰ ਦੂਜੀ ਗੱਲ ਮੈਂ ਕਹਿਣੀ ਚਾਹੁੰਦਾ, ਉਹਨਾਂ ਮੰਨੀ ਆ ਅਤੇ ਚੰਗੀ ਗੱਲ ਆ, ਕਿਉਂਕਿ ਗਲਤੀ ਨੂੰ ਗਲਤੀ ਮੰਨ ਲੈਣਾ ਵੀ ਬਹਾਦਰੀ ਹੁੰਦੀ ਹੈ ਮੈਂ ਸਮਝਦਾ। ਕਈ ਹੁਣ ਕਿੰਨੀ ਗਲਤੀਆਂ ਲੁਕਾਉਣ ਵਾਸਤੇ ਪਹਿਲਾਂ 7-8 ਕੱਢਤੇ, ਫਿਰ ਢੀਂਡ ਸਾਹਿਬ ਨੂੰ ਕੱਢਤਾ, ਔਰ ਮੈਂ ਤਾਂ ਚਲੋ ਉਹਦੇ 'ਚ ਸ਼ਾਮਿਲ ਹੀ ਨਹੀਂ ਹੈਗਾ, ਮੈਂ ਤਾਂ ਪਹਿਲਾਂ ਅਕਾਲੀ ਦਲ ਆ ਜਿਹੜਾ ਉਹ ਛੱਡਤਾ ਸੀਗਾ। ਔਰ ਫਿਰ ਤੁਸੀਂ ਰੋਜ਼ ਦੀ ਰੋਜ਼ ਜਿਹੜੀਆਂ ਪ੍ਰੈਸ ਕਾਨਫਰੰਸਾਂ ਕਰ ਕਰਕੇ ਉਸ ਝੂਠ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਹੁਣ ਮੈਂ ਬੰਦਿਆਂ ਦਾ ਨਾਂ ਨਹੀਂ ਲੈਣਾ ਜਿਹੜੇ ਜਿਹੜੇ ਰੋਜ਼ ਪ੍ਰੈਸ ਕਾਨਫਰੰਸਾਂ ਕਰਦੇ, ਤੁਸੀਂ ਵੀ ਜਾਂਦੇ ਜੀ ਉਹਦੇ 'ਚ, ਹੁਣ ਫਿਰ ਉਹ ਗੱਲ ਸਾਰੀ ਝੂਠੀ ਨਿਕਲੀ ਨਾ ਜਿਹੜੀ ਉਹ ਕਰਦੇ ਸੀ, ਜਿਹੜੀ ਗੱਲ ਉਹ ਕਰਦੇ ਸੀ ਉਹ ਸਾਰੀਆਂ ਗੱਲਾਂ ਝੂਠੀਆਂ ਨਿਕਲੀਆਂ। ਔਰ ਜਿਹੜੇ ਗਲਤੀਆਂ ਅਤੇ ਗਲਤੀਆਂ ਦੀ ਗਨਾਹ ਹੋਏ, ਜਿਹੜੇ ਗਲਤੀ ਵੀ ਹੁੰਦੀ ਆ ਮਾਫ਼ੀ, ਜਿਹੜੀ ਗਨਾਹ ਹੋ ਜਾਂਦਾ ਨਾ ਉਹਦੀ ਸਜ਼ਾ ਹੁੰਦੀ ਆ। ਔਰ ਮੈਂ ਸਿੰਘ ਸਾਹਿਬਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਹੱਥ ਜੋੜ ਕੇ, ਮੈਂ ਉਹਨਾਂ ਨੂੰ ਡਾਇਰੈਕਸ਼ਨ ਨਹੀਂ ਦੇ ਸਕਦਾ, ਮੈਂ ਸਿੰਘ ਸਾਹਿਬ ਨੂੰ ਮੈਂ ਕੌਣ, ਮਤਲਬ ਉਹਨਾਂ ਦੇ ਪੈਰ ਵਰਗਾ ਵੀ ਨਹੀਂ ਆ, ਅਕਾਲ ਤਖਤ ਸਾਹਿਬ ਦਾ ਜਿਹੜਾ ਬਹੁਤ ਵੱਡਾ ਇੱਕ ਸਿਧਾਂਤ ਆ, ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਖਾਲਸਾ ਪੰਥ ਦੀਆਂ ਭਾਵਨਾਵਾਂ ਦੇ ਅਨੁਸਾਰ ਜਿਹੜੇ ਜੋ ਖਾਲਸਾ ਪੰਥ ਚਾਹੁੰਦਾ ਸੀ, ਜਿਹਨਾਂ 10 ਸਾਲ ਤੋਂ ਰੌਲਾ ਪਾਇਆ ਸੀ, 15 ਸਾਲ ਤੋਂ ਵੀ ਇਹਨਾਂ ਗਲਤੀਆਂ ਕੀਤੀਆਂ ਜਿਹਨੇ, ਉਹਨਾਂ 'ਚ ਮੰਨ ਲਈਆਂ ਨੇ, ਅਤੇ ਬੇਨਤੀ ਸਾਡੀ ਇਹ ਆ ਕਿ ਇਹਨਾਂ ਨੂੰ 5-5 ਸਾਲ ਵਾਸਤੇ ਧਾਰਮਿਕ ਤੌਰ 'ਤੇ ਅਤੇ ਰਾਜਨੀਤਿਕ ਤੌਰ 'ਤੇ ਪੰਥ ਦੀ ਅਗਵਾਈ ਤੋਂ ਪਾਸੇ ਕੀਤਾ ਜਾਵੇ, ਕਿਉਂਕਿ ਜਦੋਂ ਕੋਈ ਗਲਤੀ ਥੱਲੇ ਵਾਲੀਆਂ ਦਰਿਆਵੀ ਅਦਾਲਤਾਂ 'ਚ ਮੰਨ ਲੈਂਦਾ ਹੈ ਅਤੇ ਕਦੇ ਉਹਨੂੰ ਕੋਈ ਮਾਫ਼ ਨਹੀਂ ਗਾ ਕਰਦਾ ਹੁੰਦਾ, ਜੋ ਉਹਨੇ ਗਲਤੀ ਕੀਤੀ ਉਹਦੀ ਸਜ਼ਾ ਨੂੰ ਜੱਜ ਦਿੰਦੇ ਆ, ਪਰ ਇਹ ਉਹਨਾਂ ਤੋਂ ਵੱਡੀ ਅਦਾਲਤ ਅਕਾਲ ਤਖਤ ਸਾਹਿਬ, ਛੋਟੀ ਅਦਾਲਤ ਨਹੀਂ ਗੀ, ਸਭ ਤੋਂ ਦੁਨੀਆਂ ਦੀ ਵੱਡੀ ਅਦਾਲਤ ਆ, ਅਤੇ ਸਿੰਘ ਸਾਹਿਬਾਨ ਦਾ ਵੀ ਸਤਿਕਾਰ ਜਿਹੜਾ ਬਹੁਤ ਵੱਡਾ, ਜਿੰਨੇ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਸਾਹਿਬ ਜੀ, ਗਿਆਨੀ ਹਰਪ੍ਰੀਤ ਸਿੰਘ ਸਾਹਿਬ ਜੀ ਜਾਂ ਗਿਆਨੀ ਸੁਲਤਾਨ ਸਿੰਘ ਸਾਹਿਬ ਜੀ, ਇਹਨਾਂ ਦਾ ਮੈਂ ਉਹਨਾਂ ਨੂੰ ਕੋਈ ਡਾਇਰੈਕਸ਼ਨ ਨਹੀਂ ਦੇਣੀ ਚਾਹੁੰਦਾ, ਮੈਂ ਕੌਣ ਡਾਇਰੈਕਸ਼ਨ ਦੇਣ ਵਾਲਾ, ਪਰ ਜੋ ਖਾਲਸਾ ਪੰਥ ਦੀਆਂ ਭਾਵਨਾਵਾਂ ਨੇ
ਵੀ ਇਹਨਾਂ ਜਿੱਡੀ ਗੱਡੀਆਂ ਵੱਡੀਆਂ ਗਲਤੀਆਂ ਅਤੇ ਗੁਨਾਹ ਕੀਤਾ ਇਹ ਪੰਜ ਪੰਜ ਸਾਲ ਨੂੰ ਇਹਨਾਂ ਤੋਂ ਧਾਰਮਿਕ ਤੌਰ 'ਤੇ ਅਤੇ ਰਾਜਨੀਤਿਕ ਤੌਰ 'ਤੇ ਗਵਾਹੀ ਜਿਹੜੀ ਹੈ ਉਹ ਖੋਲ੍ਹਣੀ ਚਾਹੀਦੀ। ਦੱਸੀ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਸਿੰਘ ਸਾਹਿਬ ਨੂੰ ਮਾਫ਼ੀਨਾਮਾ ਪੱਤਰ ਦਿੱਤਾ ਗਿਆ ਸੀ, ਜਿਸ ਨੂੰ ਬੀਤੇ ਕੱਲ੍ਹ ਜਨਤਕ ਕਰ ਦਿੱਤਾ ਗਿਆ। ਸੁਖਬੀਰ ਬਾਦਲ ਦੇ ਵੱਲੋਂ ਸਾਰੀਆਂ ਭੁੱਲਾਂ ਚੁੱਕਾਂ ਦੇ ਲਈ ਖਿਮਾ ਜਾਚਨਾ ਮੰਗੀ ਗਈ ਹੈ। ਉਹਨਾਂ ਇਸ ਪੱਤਰ ਦੇ ਵਿੱਚ ਲਿਖਿਆ ਕਿ ਮੈਂ ਬਿਨਾਂ ਕਿਸੇ ਸਵਾਲ ਜਵਾਬ ਦੇ ਸੱਚੀ ਦਿਲੋਂ ਵਾਹਿਗੁਰੂ ਅੱਗੇ ਜੋਦੜੀ ਕਰ ਰਿਹਾ, ਜੋ ਵੀ ਸਾਡੇ ਖਿਲਾਫ ਲਿਖ ਕੇ ਦਿੱਤਾ ਗਿਆ। ਦਸ ਉਸ ਪਾਸੇ ਗੁਰੂ ਦੇ ਮਹਾਨ ਤਖ਼ਤ 'ਤੇ ਹਾਜ਼ਰ ਹੋ ਕੇ ਗੁਰੂ ਸਾਹਿਬ ਅਤੇ ਗੁਰੂ ਪੰਥ ਪਾਸੋਂ ਬਿਨਾਂ ਸ਼ਰਤ ਖਿਮਾ ਜਾਂਚਨਾ ਕਰਦਿਆਂ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਦਸ ਸਾਰੀਆਂ ਭੁੱਲਾਂ ਨੂੰ ਆਪਣੀ ਝੋਲੀ ਵਿੱਚ ਪਵਾਉਂਦਾ, ਚਾਹੇ ਇਹ ਭੁੱਲਾਂ ਪਾਰਟੀ ਕੋਲ ਹੋਈਆਂ ਜਾਂ ਸਰਕਾਰ ਦੇ ਕੋਲੋਂ। ਦਾਸ ਚੇਤ ਅਚੇਤ ਵਿੱਚ ਹੋਈਆਂ ਇਹਨਾਂ ਸਾਰੀਆਂ ਭੁੱਲਾਂ ਚੁੱਕਾਂ ਲਈ ਖਿਮਾ ਦਾ ਜਾਂਚਕ ਹੈ। ਦੱਸਦੇ ਕਿ ਜਿਸ ਨੂੰ ਬੀਤੇ ਕੱਲ੍ਹ ਸਿੰਘ ਸਾਹਿਬ ਦੇ ਵੱਲੋਂ ਜਨਤਕ ਕਰ ਦਿੱਤਾ ਗਿਆ ਸੀ। ਫਿਲਹਾਲ ਇਸ ਮਾਮਲੇ 'ਚ ਜਥੇਦਾਰ ਗਿਆਨੀ ਰਘੁਵੀਰ ਸਿੰਘ ਜਲਦ ਹੀ ਪੰਜ ਸਿੰਘ ਸਾਹਿਬਾਨਾਂ ਦੇ ਨਾਲ ਮੀਟਿੰਗ ਕਰਕੇ ਆਪਣਾ ਫੈਸਲਾ ਦੇਣਗੇ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ।